ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬ ਪੁਲਿਸ ਦੇ ASI ਨੇ ਸ਼ਰਿਆਮ ਕੀਤਾ ਜਿਹੜਾ ਕਾਰਾ ਸਾਰੇ ਪਾਸੇ ਹੋ ਗਈ ਚਰਚਾ ਆਈ ਤਾਜ਼ਾ ਵੱਡੀ ਜਾਣਕਾਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤੋਂ ਆ ਲੈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚ ਹੈ ਇੱਥੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਦੇਸ਼ ਅੰਦਰ ਜਿੱਥੇ ਕਰੋਨਾ ਦੇ ਦੌਰ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਕਰੋਨਾ ਯੋਧੀਆਂ ਵੱਜੋਂ ਕੰਮ ਕਰਕੇ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ ਉੱਥੇ ਦੇਸ਼ ਅੰਦਰ ਵਾਪਨ ਵਾਲੀਆਂ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਵੀ ਹੋਣ ਤੋਂ ਰੋਕਦੇ ਹਨ ਜਿੱਥੇ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਰੱਖਦਾ ਹੈ ਉੱਥੇ ਹੀ ਇਹਨਾਂ ਨੂੰ ਪੰਜਾਬ ਦੇ ਰਾਖੇ ਆਖਿਆ ਜਾਂਦਾ ਹੈ ਜਿਨ੍ਹਾਂ ਵੱਲੋਂ ਦਿਨ ਰਾਤ ਆਪਣੇ ਘਰ ਤੋਂ ਬਾਹਰ ਰਹਿ ਕੇ ਤਨ ਦੇਹੀ ਨਾਲ ਡਿਊਟੀ ਨਿਭਾਈ ਜਾਂਦੀ ਹੈ ਅਤੇ ਲੋਕਾਂ ਦੀ ਰੱਖਿਆ ਕੀਤੀ ਜਾਂਦੀ ਹੈ ਪੰਜਾਬ ਪੁਲਿਸ ਦੇ ਏਆਈਐਸ ਨੇ ਸ਼ਾਰਿਆਮ ਕੀਤਾ ਜਿਹਾ ਕਾਰਾ ਜਿਸ ਕਰਕੇ ਸਾਰੇ ਪਾਸੇ ਚਰਚਾ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਦੇ ਸ਼ਾਂਤੀ ਵਿਹਾਰ ਤੋਂ ਇੱਕ ਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਏਐਸਆਈ ਅਧਿਕਾਰੀ ਵੱਲੋਂ ਸ਼ਰਾਬ ਦੇ ਵਿੱਚ ਟੱਲੀ ਹੋ ਕੇ ਇੱਕ ਰੇੜੀ ਨਾਲ ਲੇਡੀ ਵਾਲੇ ਨਾਲ ਝਗੜਾ ਕੀਤਾ ਗਿਆ ਇਹ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਦੱਸਿਆ ਗਿਆ ਹੈ ਕਿ ਇਸ ਐਸਐਸਆਈ ਅਧਿਕਾਰੀ ਵੱਲੋਂ ਆਪਣੀ ਕਾਰ ਨੂੰ ਰੋਕ ਕੇ ਉਸ ਉੱਪਰ ਸ਼ਰਾਬ ਦੀ ਬੋਤਲ ਰੱਖੀ ਗਈ ਅਤੇ ਉਥੇ ਫਰੂਟ ਦੀ ਰੇੜੀ ਵਾਲੇ ਨਾਲ ਝਗੜਾ ਕੀਤਾ ਗਿਆ ਦੱਸਿਆ ਗਿਆ ਹੈ ਕਿ ਇਹ ਝਗੜਾ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਪੀਐਪ ਵੱਲੋਂ ਤਨਾਇਤ ਐਸਆਈ ਰਿਸਪਾਲ ਸਿੰਘ ਨੇ ਵਿਸ਼ ਅਸ਼ੋਕਨਗਰ ਵਿਦਸ ਮੌਕੇ ਤੇ ਵੀਡੀਓ ਇੱਕ ਕਾਰ ਚਾਲਕ ਵੱਲੋਂ ਬਣਾਈ ਗਈ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੀਸੀਆਰ ਦੇ ਐਸਆਈ ਵੱਲੋਂ ਨਾਲ ਹੀ ਇਸ ਅਧਿਕਾਰੀ ਵੱਲੋਂ ਝਗੜਾ ਕੀਤਾ ਗਿਆ ਇਸ ਘਟਨਾ ਬਾਰੇ ਦੱਸਦੇ ਹੋ ਪੀਸੀਆਰ ਦੇ ਐਸਆਈ ਪੈਰਾਸੀਨ ਨੇ ਦੱਸਿਆ ਕਿ ਹਜੇ ਤੱਕ ਰਿਸਪਾਲ ਸਿੰਘ ਖਿਲਾਫ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਉਹਨਾਂ ਇਹ ਵੀ ਦੱਸਿਆ ਕਿ ਰਿਸਪਾਲ ਸਿੰਘ ਦਾ ਮੈਡੀਕਲ ਕਰਵਾਇਆ ਗਿਆ ਹੈ ਬਾਕੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਏਗੀ ਇਹ ਮਾਮਲਾ थाना ਨੰਬਰ 1 ਦੀ ਪੁਲਿਸ ਤੱਕ ਪਹੁੰਚਣ ਤੇ ਐਸਆਈ ਰਿਸਪਾਲ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜੋ ਹਰ ਹਾਲਤ ਵਿੱਚ ਰਸਤੇ ਵਿੱਚ ਅਜੀਬ ਹਰਕਤਾਂ ਕਰ ਰਹੇ ਸੀ ਤੇ ਇੱਕ ਰਾਹੀਗਰ ਕਾਰ ਚਾਲਕ ਵੱਲੋਂ ਇਸ ਦੀ ਵੀਡੀਓ ਬਣਾਈ ਗਈ ਸੀ ਖਬਰ ਨੂੰ ਲਾ ਸਕਦੇ